ਨਾਮ ਚੰਡੀ ਕਲਾ ਤੇਰੇ ਭਾਣੇ ਸਬਦਪੁਰਾ ਅੱਜ 13 ਨਵੰਬਰ ਸੰਗਰਾਂਦ ਦੇ ਦਿਨ ਉੱਤੇ ਦਰਸ਼ਨ ਦਰਬਾਰ ਮਹਾਰਾਜ ਦਰਸ਼ਨਦਾਸ ਜੀ ਦਾ ਦਰਬਾਰ ਸਿੱਖਾਂ ਨਾਨਕ ਧਾਮ ਬਟਾਲਾ ਬਾਈਪਾਸ ਵਿਖੇ ਕੈਂਸਰ ਕੇਅਰ ਔਰਗਨਾਈਜੇਸ਼ਨ ਵੱਲੋਂ ਇੱਕ ਫ੍ਰੀ ਕੈਂਪ ਲਗਾਇਆ ਗਿਆ ਜਿਸ ਵਿੱਚ ਲਗਭਗ 270 ਮਰੀਜ਼ ਜਿਹੜੇ ਉਹਨਾਂ ਨੇ ਆਪਣਾ ਕੈਂਸਰ ਦਾ ਚੈੱਕਅਪ ਕਰਾਇਆ। ਇਸ ਟੀਮ ਵੱਲੋਂ ਬੜੇ ਪਿਆਰ ਨਾਲ ਬੜੇ ਕੋਪਰੇਸ਼ਨ ਦੇ ਨਾਲ ਇਹ ਸਾਰੀ ਜਾਂਚ ਪੜਤਾਲ ਮਰੀਜ਼ਾਂ ਦੀ ਕੀਤੀ ਗਈ ਅਤੇ ਮਰੀਜ਼ਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਇਹਨਾਂ ਨੇ ਆਪਣੀ ਡੀਲਿੰਗ ਦਿੱਤੀ ਹੈ। ਹਰ ਮਹੀਨੇ ਇਹ ਇੱਥੇ ਆ ਕੇ ਆਪਣਾ ਕੈਂਪ ਲਗਾਉਂਦੇ ਹਨ, ਜਦੋਂ ਵੀ ਇਹਨਾਂ ਨੂੰ ਇਨਵਾਈਟ ਕਰਦੇ ਹਨ ਤਾਂ ਇੱਥੇ ਆ ਕੇ ਆਪਣਾ ਕੈਂਪ ਲਗਾਉਂਦੇ ਹਨ। ਅਸੀਂ ਸਮੂਹ ਮੈਨੇਜਮੈਂਟ ਕਮੇਟੀ ਵੱਲੋਂ ਸਿੱਖਣ ਨਾਨਕ ਧਾਮ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਨੂੰ ਅੱਜ ਦੇ ਸਮੇਂ ਦੇ ਵਿੱਚ ਤਾਂ ਕਿ ਲੋਕ ਕੈਂਸਰ ਤੋਂ ਕਾਫੀ ਲੋਕ ਪੀੜਿਤ ਹਨ ਉਹਨਾਂ ਨੂੰ ਜਿਹੜੀ ਇਹਨਾਂ ਨੇ ਫ੍ਰੀ ਏਡ ਦਿੱਤੀ ਹੈ, ਅਸੀਂ ਉਹਦੇ ਵਾਸਤੇ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਇਹ ਟੀਮ ਲੈ ਕੇ ਫ੍ਰੀ ਕੈਂਸਰ ਔਰਗਨਾਈਜੇਸ਼ਨ ਦੀ ਆਪਣੀ ਟੀਮ ਲੈ ਕੇ ਇੱਥੇ ਦਰਬਾਰ ਵਿੱਚ ਆਉਂਦੇ ਰਹਿਣ ਅਤੇ ਜੋ ਲੋਕਾਂ ਨੂੰ ਮੁਫਤ ਇਲਾਜ ਹੈ ਕੈਂਸਰ ਦਾ ਜਾਂ ਉਹਨਾਂ ਦੀ ਜੋ ਮਦਦ ਕਰ ਰਹੇ ਹਨ ਉਸ ਤਰੀਕੇ ਨਾਲ ਮਦਦ ਕਰਦੇ ਰਹਿਣ। ਅਸੀਂ ਸਾਰੇ ਮੈਨੇਜਮੈਂਟ ਵੱਲੋਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਔਰ ਉਮੀਦ ਕਰਦੇ ਹਾਂ ਕਿ ਇਸੇ ਤਰੀਕੇ ਦੇ ਨਾਲ ਜਿੱਦਾਂ ਗੁਰੂ ਮਹਾਰਾਜ ਜੀ ਗੁਰਪ੍ਰਸ਼ਾਦਮ ਦੇ ਰੂਪ ਵਿੱਚ ਪ੍ਰਸ਼ਾਦ ਦੇ ਕੇ ਸੰਗਤਾਂ ਨੂੰ ਫਿਜ਼ੀਕਲੀ ਠੀਕ ਕਰ ਰਹੇ ਹਨ, ਇਹ ਇੱਕ ਬਹੁਤ ਹੀ ਭਿਆਨਕ ਰੋਗ ਹੈ ਜਿਸ ਦੀ ਇਹ ਫ੍ਰੀ ਸੇਵਾ ਕਰ ਰਹੇ ਹਨ, ਫ੍ਰੀ ਚੈੱਕਅਪ ਕਰ ਰਹੇ ਹਨ ਔਰ ਅਸੀਂ ਇਹਨਾਂ ਦੇ ਬੜੇ ਤਹਿ ਦਿਲੋਂ ਧੰਨਵਾਦੀ ਹਾਂ ਔਰ ਉਮੀਦ ਕਰਦੇ ਹਾਂ ਕਿ ਆਉਣ ਵਾਲੇ